आज हम आपको दिखाएंगे लाला मूसा, जो कि मेरे हाल में डिस्ट्रिक्ट गुजरात का सबसे गंदा तरीन शहर बन चुका है। असि फेरी भी चुकते हैं, पिछले टाइम भी चुकते हैं, दो टाइम चुक रहे हैं, फिर भी कूड़ा वेख लो तुहाडे सामने निजाम है। इत्थे असी किसी नूं सट्टन भी नहीं देंदे, असी अपना इकट्ठा करके ना वो जिहड़ा बल्दी वाला सवेरे आंदा साडे टाइम असी ट्राली ते चुका देने आ। बिल्कुल लाकानूनी, इत्थे कोई इत्थे पुछण वाला नहीं। रोड दे उत्ते रेहड़ियां लगियां ने, ना वोटर पे पुछदी है ना साडी कमेटी पुछदी है। ये बहुत ज्यादा एक सवालिया निशान है बल्दिया लाला मूसा आप पर और असिस्टेंट कमिश्नर खारिया आपकी कारकर्दगी पर। जगह जगह कचरे के ढेर, बेहंगम किस्म की ट्रैफिक। अगर रिक्शों की बात करें तो चार चार रिक्शे, पांच पांच रिक्शे, जीटी रोड तक उनकी लाइनें लगी हुई। इसके अलावा अगर फ्रूट के स्टॉल हैं तो फ्रूट का स्टॉल एक की तो परमिशन शायद बल्दिया की तरफ से है, लेकिन जीटी रोड तक की तरफ चार चार स्टॉल बिल्कुल लगाकर सारे का सारा शहर जो है उसका बेड़ा गर्क कर दिया गया। आज हम आपको थोड़ा सा विजिट कराएंगे, कुछ लाला मूसा आपको हकीकी आंखों से दिखाएंगे, क्योंकि आपके जितने भी मातहत हैं असिस्टेंट कमिश्नर साहब आपको बस सब अच्छा और ओके की रिपोर्ट देते हैं। तो आए आपको जरा विजिट कराएं इस शहर का। अच्छा भाजी नहीं गल तो दसो, ए सारी सड़क के नाल नाल जितने रेहड़ियाँ वाले ने अपना सारा गंद सड़क जी डी रोड के उत्ते पे सुटते हैं। शहर के अगे हालात को नहीं बल्दिया सुती जी, ये ब्यूरोक्रेसी सुती है, ਇਹ ਕੀ ਮਸਲਾ ਵੀ ਸਰ? ਇਸ ਤਰ੍ਹਾਂ ਹੈ ਕਿ ਅਸੀਂ ਤੇ ਸਾਡੀ ਜਿਹੜੀ ਇਹ ਧੂਤ ਹੈ ਇੱਥੇ ਅਸੀਂ ਕਿਸੇ ਨੂੰ ਸੱਟਣ ਵੀ ਨਹੀਂ ਦਿੰਦੇ, ਅਸੀਂ ਆਪਣਾ ਇਕੱਠਾ ਕਰਕੇ ਨਾ ਤੇ ਉਹ ਜਿਹੜਾ ਬਲਦੀ ਵਾਲਾ ਸਵੇਰੇ ਆਉਂਦਾ ਸਾਡੇ ਟਾਈਮ ਅਸੀਂ ਟਰਾਲੀ ਤੇ ਚੁਕਾ ਦਿੰਦੇ ਹਾਂ। ਅਸੀਂ ਸੁਬਾਹ ਆਉਂਦੇ ਹਾਂ ਤੇ ਇੱਥੇ ਢੇਰ ਲੱਗੇ ਹੁੰਦੇ ਨੇ ਰਾਤੀ। ਕਿਹੜੇ ਬੰਦੇ ਮੇਰੇ ਸਾਹਮਣੇ ਸਾਰੇ ਜੀ ਡੀ ਰੋਡ ਦੇ ਉੱਤੇ ਰੂੜੀ ਬਣਾਈ ਹੈ ਇਹਨਾਂ ਬੰਦਿਆਂ ਸਾਰੇ ਸਰ? ਪਰ ਸਾਡੇ ਸਾਹਮਣੇ ਕੋਈ ਨਹੀਂ, ਹਨੇਰੇ ਟਾਈਮ ਇੱਥੇ। ਹੁਣ ਅਗਰ ਬਲਦੀਆਂ ਨੂੰ ਜੇ ਕੋਈ ਹੋਸ਼ ਆਉਂਦੀ ਹੈ, ਕੋਈ ਹੋਸ਼ ਦਿਵਾਉਣ ਦੀ ਕੋਸ਼ਿਸ਼ ਕਰਨੇ ਆ, ਤੇ ਆਪਣੇ ਕੋਲ ਤੁਹਾਡੇ ਇੱਕ ਇੱਕ ਹੋਣੀ ਚਾਹੀਦੀ ਹੈ ਕੋਈ ਡਸਟਬਿਨ ਕਿ ਨਹੀਂ? ਬਿਲਕੁਲ ਬਿਲਕੁਲ ਹੋਣਾ ਚਾਹੀਦਾ ਜੀ, ਬਿਲਕੁਲ। ਇੱਥੇ ਕਿਸ ਵੇਲੇ ਚੁੱਕਦੇ ਨੇ ਆ ਜਿਹੜਾ ਸਰ? ਚੁੱਕਦੇ ਆ ਨੇ ਕਿਸ ਵੇਲੇ? ਸਵੇਰ ਸਵੇਰ ਵੀ ਆਉਂਦੇ ਨੇ, 7-8 ਵਜੇ ਆਉਂਦੇ। ਭਾਈ ਜਾਨ ਗੰਦ ਤੇ ਪੈਂਦਾ ਤੁਹਾਡਾ 10 ਵਜੇ ਤੋਂ ਬਾਅਦ ਰਾਤੀ, ਯਾਨੀ ਦੁਕਾਨ ਬੰਦ ਕਰਕੇ ਜਾਈਦਾ ਨਾ? ਇੱਥੇ ਕਚਰਾ ਪਿਆ ਹੁੰਦਾ ਵੇ, ਜਦੋਂ ਅਈਏ ਤੱਕ ਬੰਦੇ ਸੁੱਟ ਰਹੇ ਨੇ ਕਚਰਾ। ਉਹ ਇਹ ਨਾ ਕੋਈ ਪੁੱਛਣ ਵਾਲਾ ਨਹੀਂ ਨਾ, ਮੇਨ ਰੋਲ ਹੈ ਵੇ। ਇਹ ਨਾਜ਼ਰੀਨ ਆਪ ਦੇਖੇ ਬਲਦੀਆ ਜੋ ਹੈ ਅਲਹਮਦੁਲਿਲਾ ਨਿਊਜ਼ ਲਾਈਟ ਕੀ ਖਬਰ ਅਭੀ ਚਲੀ ਨਹੀਂ ਤੋ ਬਲਦੀਆ ਜੋ ਸਾਰੀ ਹੈ ਉਹ ਹਰਕਤ ਮੇ ਆ ਚੁਕੀ ਹੈ। नाजरीन अभी न्यूज़ लाइट की टीम आई है और तकरीबन आधा पौने घंटे से मुख्तलिफ चीज़ें जो है वो दिखा रही है, गंदगी के ढेर, कचरा हर तरफ। तो इसी असलाम में छोटा शहर है, आधे किलोमीटर के फासले पर बल्दिया का दफ्तर है। तो ये बल्दिया की गाड़ी भी मेरे पीछे आप देख रहे हैं ये आ गई है। भाई जी ये के वजह वे क्यों इन्ना गंद है सारी रोड के उत्ते? असं दो टाइम चुक रहे हैं। अच्छा अच्छा, फिर भी लोग नहीं मुड़ते इन्हों के चलान करो, ये जड़े सुटते ने ਇਹਨਾਂ ਨੂੰ ਡਸਟਬਿਨ ਬਣਾ ਕੇ ਦਿਓ। ਸਾਰਾ ਅਸੀਂ ਚਲਾਨ ਕਰਦੇ ਆ, ਲੇਕਿਨ ਸਿਫਾਰਸ਼ੀ ਮੁਲੋ ਕੇ ਨਹੀਂ ਚਲਾਨ ਹੋ ਸਕਦਾ। ਸਿਫਾਰਿਸ਼ ਕਿਹਦੀ ਆ ਜਾਂਦੀ ਹੈ? ਸਿਆਸੀ ਦੀ? ਸਿਆਸੀ ਬੰਦੇ, ਸਿਆਸੀ ਸ਼ਹਿਰ ਦੇ ਬੰਦੇ ਨੇ ਤੇ ਸ਼ਹਿਰ ਦੇ ਆਵਾਮ, ਤੁਹਾਨੂੰ ਪਤਾ ਫਿਰ ਸਾਡੇ, ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਹਾਂ, ਅਸੀਂ ਫੈਰੀ ਵੀ ਚੁੱਕਦੇ ਹਾਂ, ਪਿਛਲੇ ਟਾਈਮ ਵੀ ਚੁੱਕਦੇ ਹਾਂ, ਦੋ ਟਾਈਮ ਚੁੱਕ ਰਹੇ ਹਾਂ। ਸਹੀ ਹੈ ਜੀ ਹਾਂ, ਅਤੇ ਫਿਰ ਵੀ ਕੂੜਾ ਵੇਖ ਲਓ ਤੁਹਾਡੇ ਸਾਹਮਣੇ ਨਿਜ਼ਾਮ ਹੈ। ਭਾਈ ਜੀ ਇਹਦਾ ਕੀ ਹਾਲ ਹੈ? ਹਾਲੇ ਹੀ ਹੈ ਕਿ ਵੀ ਹਕੂਮਤ ਨੂੰ ਥੋੜ੍ਹਾ ਗੌਰ ਕਰਨਾ ਚਾਹੀਦਾ, ਠੀਕ ਹੈ? ਇੱਥੇ ਜਿਹੜੇ MNA MP ਉਹਨਾਂ ਨੂੰ ਗੌਰ ਕਰਨਾ ਚਾਹੀਦਾ। ਨਹੀਂ MP MNA ਨੇ ਕੀ ਗੌਰ ਕਰਨਾ ਹੈ? ਉਹ ਕਹਿੰਦੇ ਨੇ ਬੰਦਾ ਚੁੱਕ ਕੇ ਲੈ ਕੇ ਜਾਂਦੇ ਆ ਜਾਂ ਕੋਈ ਫਰੂਟ ਦੀ ਰੇੜੀ ਲੈ ਕੇ ਜਾਂਦੇ ਆ ਤੇ ਨਾਲ ਹੀ MNA ਦੀ ਸਿਫਾਰਿਸ਼ ਆ ਜਾਂਦੀ। ਸਾਡੀ ਆਵਾਮ ਨੂੰ ਵੀ ਸੋਚਣਾ ਚਾਹੀਦਾ ਨਾ ਥੋੜ੍ਹਾ ਜਿਹਾ, ਹੁਣ ਕੂੜੇ ਵਾਲੀ ਜਗ੍ਹਾ ਤੇ ਨਹੀਂ ਆ। ਬਿਲਕੁਲ ਲਾਕਾਨੂੰਨੀ ਇਹ ਤੇ, ਠੀਕ ਹੈ? ਕੋਈ ਇੱਥੇ ਪੁੱਛਣ ਵਾਲਾ ਨਹੀਂ, ਸਮਝਦੇ ਪਏ? ਗੁਜ਼ਰਨਾ ਕਿੰਨਾ ਮੁਸ਼ਕਲ ਹੈ? ਗੁਜ਼ਰਨਾ ਮੁਸ਼ਕਲ ਨਹੀਂ, ਮੈਂ ਸਮਝਣਾ ਕਿ ਇੱਥੇ ਰੋਡ ਦੇ ਉੱਤੇ ਰੇੜੀਆਂ ਲੱਗੀਆਂ ਨੇ, ਰਕਸ਼ੇ ਰੋਡ ਉੱਤੇ ਨੇ, ਨਾ ਵੋਟਰ ਪੇ ਪੁੱਛਦੀ ਹੈ ਨਾ ਸਾਡੀ ਕਮੇਟੀ ਪੁੱਛਦੀ ਹੈ, ਔਰ ਅਫਸੋਸ ਹੈ। ਔਰ ਸਾਰੇ ਕੂੜਾ ਵੀ ਜਿਹੜਾ ਵੀ ਆ ਸਾਰੇ ਸੁੱਟਦੇ ਨੇ, ਸਾਰੇ ਜੇ ਇੱਥੇ ਸੁੱਟਦੇ ਨੇ ਜੀ ਹਾਂ, ਸਾਰੇ ਨਾਲੇ ਦੇ ਵਿੱਚ ਸੁੱਟਦੇ ਨੇ, ਔਰ ਨਾਲਾ ਗੰਦਾ ਹੋ ਜਾਂਦਾ, ਇਸ ਵਜ੍ਹਾ ਤੋਂ ਪਾਣੀ ਓਵਰ ਹੋ ਕੇ ਤਾਂ ਫਿਰ ਰੋਡ। ਕਹਿੰਦੇ ਨੇ ਕਿ ਅਗਰ ਬਲਦੀ ਵਾਲੇ ਕਹਿੰਦੇ ਨੇ ਅਗਰ ਕਿਸੇ ਨੂੰ ਫੜਨੇ ਆ ਤੇ ਨਾਲ ਹੀ ਸਿਆਸੀ ਡੇਰੇ ਤੋਂ ਫੋਨ ਆ ਜਾਂਦਾ, ਛੱਡੋ ਸਾਡਾ ਇਹ, ਫਿਰ ਉਹ ਹੀ ਦੱਸ ਸਕਦੇ ਨੇ ਅਗਰ ਹੁੰਦਾ ਤਾਂ ਗਲਤ ਹੈ ਹੁੰਦਾ ਜੀ, अगर कोई करता है तो मैं समझना गलत कर रहे। नाजरीन माशरे में हर आदमी को अपना अपना किरदार अदा करना चाहिए। छोटा शहर है, तकरीबन इधर से 1 किलोमीटर के फासले पर बल्दिया ऑफिस है। अभी न्यूज़ लाइट की टीम जब ये मसाइल जो है इनकी निशानदेही कर रही थी तो झट से जो है ये बल्दिया की दो ट्रालियाँ आ गई और उन्होंने कूड़ा वगैरह उठाना शुरू कर दिया। जबकि हाल ये है कि अगर रात के 10 बजे भी आप आएँ तो ये सारे जीडी रोड के पास गंदगी के ढेर, रक्षों की बेतरतीब कतारें, पूरा आधे से ज़्यादा जीडी रोड इन्होंने घेरा हुआ है। कानून नाफिज करने वाले इदारों को चाहिए कि इसका बेहतरीन को सद्देबाब करें। ये थी आज की स्टोरी, इसके साथ ही अपने मेज़बान इरफान इदरीस को
दीजिए इजाजत, देखते रहिए न्यूज़ अलर्ट गुजरात।